स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड रोडे रोडे पिंड बाघा पुराना तहसील ते मोगे जिले का पिंड मशहूर पिंड दोस्तों पंजाब का समालसर तो नेड़ ही रह जांदा है राजियाने तो भी सड़क सीधी आउंदी है। जिहड़े घर चो वीडियो बना रहे हैं दोस्तों इन्हां कोल व्यापार दा वीर दा काम है मज्जां भी आ जांदियां तोकड गब्बन ते झोटियां कट्टियां जिहड़ियां ओह वी आउंदियां रहिंदियां। अज दी वीडियो दे विच तीन नाग आ विकरी वाले जिहदे च इक छोटी जी नीली रावी नसल दी कट्टी एक उदू अगे मुरा ते उदू अगे जैड ब्लैक बिलकुल पूछवाल भी कोई चिट्टा दिसदा नहीं गा बिलकुल कुंडे सिंघां दी कट्टी। सो इह तीन नाग विकाऊ है इन्हां बारे आपां जानकारी वीर तों लैंदे आ। वीडियो नेंड तक देखो जेड़ा पशु जेड़ी कट्टी इन्हां चों तुहानूं चंगी लगे आके आपदी तसल्ली नाल खरीद लिओ नंबर मैं वीर दा स्क्रीन ते लाऊंगा। सो आओ बाई नाल गलबात करदे आं। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਨਾਮ ਦੱਸੀ ਨਾਮ ਲਵਦੀਪ ਸਿੰਘ ਲਾਡੀ। ਠੀਕ ਹੈ ਲਵਦੀਪ ਬਾਈ ਜਿਹੜੀ ਇਹ ਪਹਿਲੇ ਨੰਬਰ ਤੇ ਕੱਟੀ ਹੈ ਇਹਦੀ ਉਮਰ ਕਿੰਨੀ ਕੁ ਦੱਸੀ ਹੈ? ਬਾਈ ਸਾਲ ਕੁ ਦੇ ਨੇੜੇ। ਸਾਲ ਦੇ ਨੇੜੇ ਹੈਗੀ। ਹਾਂਜੀ ਕੀ ਰੇਟ ਰੱਖਿਆ ਇਹਦਾ? ਇਹਦਾ ਰੇਟ ਬਾਈ 16,000। 16,000 ਤੋਰੀ ਥੋੜਾ ਜਿਹਾ ਦੋਸਤੋ 16,000 ਰੇਟ ਹੈ ਤੇ 1 ਸਾਲ ਦੇ ਆਸ-ਪਾਸ ਉਮਰ ਹੈ। ਦਰਮਿਆਨੇ ਕੱਦ ਦੀ ਮੱਝ ਬਣੂਗੀ ਢਾਂਚਾ ਭਾਰਾ ਹੋ ਜਾਊਗਾ ਘੱਟ ਸੰਭਾਲ ਵਾਲੇ ਦੀ ਤਵਾਈ ਲੱਗਦੀ ਹੈ। 16,000 ਇਹਦਾ ਮੁੱਲ ਹੈ। ਚਾਰੇ ਪੈਰਾਂ ਤੇ ਵਾਈਟ ਨਿਸ਼ਾਨ ਹੈ ਅੱਖ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਸੋਹਣਾ ਹੈ। ਸਿੰਘ ਵੀ ਉਮੀਦ ਆ ਵੀ ਇਹ ਨੇੜ ਕਰ ਜੂਗੀ ਕੁੰਡਾ ਕਰ ਜੂਗੀ। ਸੋ ਇਹ ਕੱਟੀ ਪਹਿਲੇ ਨੰਬਰ ਤੇ ਲੈ ਚੱਲ ਬਾਈ ਇਹਦਾ ਰੇਟ 16,000 ਵੀਰ ਨੇ ਕੀਤਾ। ਇਹਦੋਂ ਅੱਗੇ ਦੋ ਕੱਟੀਆਂ ਮੁਰਾ ਨਸਲ ਚਾ ਵੀਰ ਕੋਲ ਉਹਨਾਂ ਬਾਰੇ ਵੀ ਆਪਾਂ ਜਾਣਕਾਰੀ ਲਵਾਂਗੇ। ਇਹਦਾ ਮੂੰਹ ਮੱਥਾ ਬਹੁਤ ਸੋਹਣਾ ਦੋਸਤੋ ਕੱਟੀ ਦਾ ਸੋ ਤੁਸੀਂ ਦੇਖ ਸਕਦੇ ਹੋ। ਜਿਹੜੀ ਇਦੋਂ ਅੱਗੇ ਬਾਈ ਇਹ ਕੱਟੀ ਹੈ ਇਹਦੀ ਉਮਰ ਕਿੰਨੀ ਕੁ? ਇਹਦੀ ਬਾਈ 14-15 ਮਹੀਨੇ। 14-15 ਮਹੀਨੇ ਇਹਦਾ ਰੇਟ ਕੀ ਰੱਖਿਆ? ਇਹਦਾ ਰੇਟ ਬਾਈ 19,000। 19,000 ਦੋਰੀਆਂ ਨੂੰ ਦੋਸਤੋ ਇਹਦਾ ਰੇਟ 19,000 ਆ ਤੇ ਇਹਦੀ ਉਮਰ ਜਿਹੜੀ ਹੈਗੀ ਉਹ 14 ਮਹੀਨੇ। ਇਹ ਕੱਦ ਚੰਗਾ ਕਰ ਜੂਗੀ ਉਮਰ ਦੇ ਹਿਸਾਬ ਤੇ ਇਹਦਾ ਕੱਦ ਕਾਫੀ ਹੈ। ਥਣ 4 ਨਿਖੜਵੇ ਆ ਆ ਕੇ ਤੁਸੀਂ ਦੇਖ ਲੈਣੇ ਆ। ਲਿਆ ਬਾਈ ਸਿੰਘ ਇਹ ਵੀ ਕੁੰਡਾ ਕਰ ਜੂਗੀ ਬਿਲਕੁਲ ਸੋਹਣੀ ਹੈ ਕੱਟੀ। ਬਾਕੀ ਤੁਸੀਂ ਸਾਹਮਣੇ ਇਹਨੂੰ ਦੇਖ ਸਕਦੇ ਹੋ ਜਿਹੜਾ ਵੀਰ ਪਸੰਦ ਕਰੇ ਕਾਲ ਉਹਨੇ ਕਰਨੀ ਹੈ। ਇਹ ਦੋਸਤੋ 2 ਨੰਬਰ ਤੇ ਕੱਟੀ ਜਿਹੜੀ ਵੀਰ ਕੋਲ ਵਿਖਾ ਰਹੇ ਹਾਂ। ਇਹਦੂ ਅੱਗੇ 3 ਨੰਬਰ ਤੇ ਜੈੱਡ ਬਲੈਕ ਝੋਟੀ ਹੈ ਬਾਈ ਕੋਲ ਉਹਦੇ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ। ਲਵਦੀਪ ਜਿਹੜੀ ਹੈ 3 ਨੰਬਰ ਤੇ ਬਾਈ ਇਹਦੀ ਉਮਰ ਅੰਦਾਜ਼ਾ ਜਾ? ਇਹਦੀ ਉਮਰ ਬਾਈ ਖੀਰੀ ਹੈ ਜੀ। ਖੀਰੀ ਹੈ? ਹਾਂਜੀ ਠੀਕ ਹੈ। ਇਹਦਾ ਰੇਟ ਕੀ ਰੱਖਿਆ? ਇਹਦਾ ਰੇਟ ਬਾਈ 27,000। 27,000 ਤੋਰੀ ਨੂੰ ਦੋਸਤੋ ਰੇਟ 27,000 ਹੈ। ਇਹ ਜੈੱਡ ਬਲੈਕ ਪੂਛ ਚੰਗਾ ਵਾਲ ਤੇ ਜਮਾ ਜਮਾ ਜੈੱਡ ਬਲੈਕ ਹੈ। ਜੈੱਡ ਬਲੈਕ ਕੱਟੀ ਹੈ ਜਿਹੜੀ ਲਾਸਟ ਤੇ ਤੁਹਾਨੂੰ ਦਿਖਾ ਰਹੇ ਹਾਂ। ਅਜੇ ਦੰਦੋਂ ਖੀਰੀ ਹੈ ਚੰਗੀ ਧੌਣ ਲੰਬੀ ਫੁੱਲ ਪੈਟਕੁੜਾ ਉੱਤੋਂ ਖੁੱਲ੍ਹਾ ਸੰਭਾਲਣ ਦੀ ਲੋੜ ਆ। ਮੱਝ ਚੰਗੀ ਬਣੂਗੀ ਕਿਉਂਕਿ ਥੋੜ੍ਹੀ ਜਿਹੀ ਲਿੱਸੀ ਦਿਸਦੀ ਹੈ ਪਰ ਲੰਬੀ ਧੌਣ ਬਿਲਕੁਲ ਪਤਲੀ ਬੂਥ ਹੈ ਥੱਲੇ ਤੱਕ। ਸਿੰਘ ਜਮਾਂ ਕੁੰਡਾ ਤੇ ਜੈੱਡ ਬਲੈਕ ਹੈ ਬਿਲਕੁਲ ਕੋਈ ਵਾਲ ਚਿੱਟਾ ਨਹੀਂ ਪੂਛ ਦੇ ਵਿੱਚ ਵੀ। ਥਣ ਇਹਦੇ ਵੀ 4 ਨਿਖੜਵੇਂ ਦਿਸਦੇ ਆ। ਸਟਰਕਚਰ ਤੁਹਾਡੇ ਸਾਹਮਣੇ ਆ ਦੋਸਤੋ। ਸੋ ਇਹ 3 ਝੋਟੀਆਂ 3 ਕੱਟੀਆਂ ਬਾਈ ਨੇ ਵਿਕਾਊ ਕੀਤੀਆਂ ਅੱਜ ਦੀ ਵੀਡੀਓ 'ਚ। ਪਸ਼ੂ ਰੂਟੀਨ 'ਚ ਆਉਂਦੇ ਆ ਤੁਸੀਂ ਕੰਟੈਕਟ 'ਚ ਰਹਿ ਸਕਦੇ ਹੋ ਜਿਹੜਾ ਵੀਰ ਕੱਟੀ ਝੋਟੀ ਖਰੀਦਣੀ ਚਾਹੇ ਜਾਂ ਤੋਕੜ ਮੱਝ ਜੇ ਤੁਸੀਂ ਲੈਣੀ ਹੋਵੇ। ਨੀਲੀ ਰਾਵੀ ਦੀਆਂ ਵੀ ਮੱਝਾਂ ਵੀਰ ਕੋਲ ਤੋਕੜ ਗੱਭਣ ਆ ਜਾਂਦੀਆਂ ਮੁਰਾ 'ਚ ਵੀ ਤੋਕੜ ਗੱਭਣ ਮੱਝ ਆ ਜਾਂਦੀ ਹੈ। ਸੋ ਤੁਸੀਂ ਤਾਂ ਵੀ ਫੋਨ ਕਰ ਸਕਦੇ ਹੋ ਜੇ ਕੋਈ ਪਸ਼ੂ ਕੋਈ ਤੋਕੜ ਗੱਭਣ ਖਰੀਦਣਾ ਹੋਵੇ। ਸਿੰਘ ਇਸ ਕੱਟੀ ਨੇ ਇੰਨਾ ਨੇੜੇ ਮੋੜਿਆ ਵੀ ਇਹਦੇ ਵਿੱਚ ਦੀ ਦੋਸਤੋ ਹੋ ਸਕਦਾ ਵੀ ਉਂਗਲ ਵੀ ਜਿਹੜੀ ਨਾ ਲੰਘੇ ਬਿਲਕੁਲ ਨਾਲ ਹੀ ਇਹ ਮੋੜ ਚੱਲੀ ਹੈ। ਦੋਨੇ ਸਿੰਘ ਬਿਲਕੁਲ ਛੋਟੇ ਆ ਤੇ ਜੈੱਡ ਬਲੈਕ ਕੱਟੀ ਹੈ। ਲਿੱਸੀ ਥੋੜ੍ਹੀ ਜਿਹੀ ਜ਼ਰੂਰ ਹੈਗੀ ਹੈ ਬਾਕੀ ਲੰਬੀ ਗਰਦਨ ਵਾਲੀ ਹੈ ਕੱਦ ਵੀ ਚੰਗਾ ਵੇਲ ਚੰਗੀ ਹੈ। ਸੋ ਇਹ ਦੋਸਤੋ ਕੱਟੀ ਇਹ ਝੋਟੀ ਤੇ ਇੱਕ ਇੱਧਰ 2 ਕੱਟੀਆਂ ਤੁਹਾਨੂੰ ਦਿਖਾਈਆਂ ਵਿਕਾਊ ਆ। ਪਸ਼ੂ ਜਿੱਥੋਂ ਵੀ ਖਰੀਦੋ ਸਾਹਮਣੇ ਆ ਕੇ ਦੇਖ ਲਿਆ ਕਰੋ ਆਪਦੀ ਤਸੱਲੀ ਨਾਲ ਖਰੀਦ ਲਿਆ ਕਰੋ। ਧੰਨਵਾਦ ਵੀਡੀਓ ਦੇਖੋ।